ਅਸਾਂ ਤ੍ਰੈ ਗੱਡੀਆਂ ਅਜਾਇਬ ਘਰ ਦੀ ਪ੍ਰੀਮਿਸਿਸ ਦੇ ਘਰ ਮੌਜੂਦ ਹਨ ਤਾਂ ਉਹਨਾਂ ਆਵਾਬ ਸੀ ਜਿਹਨਾਂ ਨੇ ਅਜਾਇਬ ਘਰ ਦੀ ਵੀ ਪਾਰਕਿੰਗ ਦੇ ਘਰ ਆਪਣੀ ਗੱਡੀਆਂ ਖਲਵਾਈਆਂ ਉਹਨਾਂ ਸੀ ਗੁਜ਼ਾਰਿਸ਼ ਹੈ ਕਿ ਉਹ ਆਪਣੀਆਂ ਗੱਡੀਆਂ ਉੱਥੋਂ ਕੱਢ ਕੇ ਅਤੇ ਇਸ ਪਾਸੇ ਲੈ ਆਉਣ ਕਿਉਂਕਿ ਉਸ ਜਗ੍ਹਾ 'ਤੇ ਉਹਨਾਂ ਨੇ ਉਸਨੂੰ ਜੰਗਲਾ ਉਹਨਾਂ ਨੇ ਬੰਦ ਕਰਨਾ ਹੈ ਤਾਂ ਜਿਹਨਾਂ ਆਵਾਬ ਵੀ ਉਸ ਪਾਸੇ ਗੱਡੀਆਂ ਖਲੋਤੀਆਂ ਤਾਂ ਉਹਨਾਂ ਸੇ ਐਲਾਨ ਹੈ ਕਿ ਉਹ ਜਾ ਕੇ ਮਿਊਜ਼ੀਅਮ ਦੇ ਅੰਦਰ ਜਿਹਨਾਂ ਦੀਆਂ ਗੱਡੀਆਂ ਅਜਾਇਬ ਮਿਊਜ਼ੀਅਮ ਦੇ ਅੰਦਰ ਜਿਹਨਾਂ ਨੇ ਆਪਣੀ ਪਾਰਕਿੰਗ ਕੀਤੀ ਹੁਣ ਇਸ ਸਾਰ ਨਸ਼ਿਸ਼ ਦਾ ਆਗਾਜ਼ ਕਰਨੇ ਆ ਅਗਰ ਕੋਈ ਸਾਹਿਬ ਇਸ ਆਵਾਜ਼ ਦੇ ਨਾਲ ਆਪਣੇ ਜ਼ਿਹਨ ਦੇ ਘਰ ਕੋਈ ਸਵਾਲ ਉਹਨਾਂ ਦਾ ਆਵੇ ਤਾਂ ਪਹਿਲੇ ਤਾਰੁਫ ਉਸ ਤੋਂ ਬਾਅਦ ਸਵਾਲ ਆਪਣਾ ਤਾਰੁਫ ਆਪਣਾ ਨਾਮ ਕਹਿ ਕੇ ਉਸਦੇ ਬਾਅਦ ਜਿਹੜੀ ਉਹਨਾਂ ਦੀ ਆਬਜ਼ਰਵੇਸ਼ਨ ਹੋਏ ਜਨਾਬ ਅਕਮਲ ਨਈਮ ਸਾਹਿਬ ਮੈਂ ਸਵਾਲ ਦੀ ਸੂਰਤ 'ਚ ਜੀ ਅਕਮਲ ਨਈਮ ਜਿਸ ਨੂੰ ਤੁਹਾਨੂੰ ਪਤਾ ਲੱਗ ਗਿਆ ਮੇਰਾ ਨਾਂ ਹੈ ਅਮੂਮੀ ਤੌਰ 'ਤੇ ਹੁੰਦਾ ਇਹਦੇ ਕਿ ਦੁਨੀਆ ਭਰ ਦੇ ਜਿਤਨੀਆਂ ਕਾਨਫਰੰਸਾਂ ਆਉਂਦੀਆਂ ਉਹਨਾਂ ਕਾਨਫਰੰਸਾਂ ਦਾ ਕੋਈ ਕਾਨਫਰੰਸਾਂ ਦਾ ਕੋਈ ਮੌਜੂ ਹੁੰਦਾ ਔਰ ਉਸ ਮੌਜੂ ਦੇ ਉੱਤੇ ਅਮੂਮੀ ਤੌਰ 'ਤੇ ਪਹਿਲਾਂ ਦੱਸਿਆ ਜਾਂਦਾ ਕਿ ਕਾਨਫਰੰਸ ਇਸ ਮੌਜੂ 'ਤੇ ਹੋ ਰਹੀ ਹਾਲੀ ਤੱਕ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਕਾਨਫਰੰਸ ਕਿਸ ਮੌਜੂ 'ਤੇ ਹੋ ਰਹੀ ਇਹਦੇ ਜੀ ਜਨਾਬ ਇਹ ਪਿੱਛੇ ਤੁਹਾਡੇ ਲਿਖਿਆ ਹੋਇਆ ਹਿੰਕੋ ਆਲਮੀ ਕਾਨਫਰੰਸ ਹਿੰਕੋ ਜ਼ਬਾਨ ਸਕਾਫਤ ਅਦਬ ਅਤੇ ਸਮਾਜੀ ਤਰੱਕੀ ਕੇ ਆਜ਼ਮ ਇਹ ਉਸ ਦਾ ਮੌਜੂ ਹੈ ਕਿਉਂਕਿ ਪਹਿਲੀ ਦਫ਼ਾ ਕਾਨਫਰੰਸ ਹੋ ਰਹੀ ਹੈ ਦਿਸ ਇਜ਼ ਨਾਟ ਟੋਪੀਕਲ ਟੋਪੀਕਲ ਵੀ ਹੈ ਕੁਛ ਟੋਪਿਕਸ ਵੀ ਦੇ ਕੇ ਤੁਸੀਂ ਅਗਰ ਮਕਾਲਿਆਂ ਦੀ ਫਹਿਰਿਸਤ ਦੇਖੋ ਤੁਸੀਂ ਕਸਾਨੇ ਕੁਛ ਟੋਪਿਕਸ ਵੀ ਆਪਣੇ ਦੋਸਤਾਂ ਨੂੰ ਦਿੱਤੇ ਹੋਏ ਹਨ ਲੇਕਿਨ ਇਸ ਚੂੰਕਿ ਅਸੀਂ ਆਗਾਜ਼ ਕਰ ਰਹੇ ਹਾਂ ਇੱਕ ਨਵੀਂ ਤਹਿਰੀਕ ਦਾ ਤਾਂ ਪਹਿਲਾ ਸਾਡੀ ਜਿਹੜੀ ਇਨਕੋ ਗੰਦਾਰਾ ਬੋਰਡ ਦਾ ਜਿਹੜਾ ਬੁਨਿਆਦੀ ਮਕਸਦ ਹੈ ਉਹਦੇ ਤਿੰਨ ਮਕਾਸਦ ਹਨ ਤਿੰਨ ਮਕਾਸਦ 'ਚੋਂ ਪਹਿਲਾ ਜਿਹੜਾ ਤਾਂ ਸਾਨੇ ਇੱਕ ਸ਼ਊਰ ਬੇਦਾਰ ਕਰਨਾ ਇਨਕੋ ਜ਼ਬਾਨ ਸਕਾਫਤ ਕਲਚਰ ਦੇ ਬਾਰੇ ਅਵੇਕਨਿੰਗ ਸਟੇਜ ਦੂਸਰਾ ਜਿਹੜਾ ਹੈ ਉਹ ਇਹ ਪਲੇਟਫਾਰਮ ਮੁਹੱਈਆ ਕਰਨਾ ਇਹ ਅੱਜ ਸਾਨੇ ਪਲੇਟਫਾਰਮ ਮੁਹੱਈਆ ਅੱਜ ਨਹੀਂ ਬਲਕਿ ਪਹਿਲੇ ਤੋਂ ਮੁਹੱਈਆ ਕੀਤਾ ਹੋਇਆ ਇਸ ਪਲੇਟਫਾਰਮ ਦੇ ਉੱਤੋਂ ਹੁਣ ਪਲੈਨਸ ਬਣ ਸਨ ਪ੍ਰੋਗਰਾਮਸ ਬਣ ਸਨ ਔਰ ਉਹੀ ਜਿਸ ਦੀ ਤਰਫ ਅਕਬਲ ਸਾਹਿਬ ਤੁਹਾਨੂੰ ਇਸ਼ਾਰਾ ਕੀਤਾ ਹੈ ਇਨਸ਼ਾਅੱਲਾ ਅਵੇਅਰਨੈਸ ਪਲੇਟਫਾਰਮ ਐਂਡ ਪ੍ਰੋਗਰਾਮ ਅਤੇ ਇਨਸ਼ਾਅੱਲਾ ਬਾਅਦ ਜਿਸ ਕੋ ਤੁਸੀਂ ਆਇੰਦਾ ਕਾਨਫਰੰਸ ਸ਼ਰੀਕ ਹੋ ਸੋ ਅਤੇ ਤੁਹਾਨੂੰ ਵੀ ਅਸੀਂ ਮੌਕਾ ਦੇ ਸੀਏ ਕਿਸੇ ਖਾਸ ਪ੍ਰੋਗਰਾਮ ਦੇ ਉੱਤੇ ਤੁਸੀਂ ਗੁਫ਼ਤਗੂ ਕਰ ਸਕੋ ਮੇਰਾ ਸ਼ਾਇਦ ਜ਼ਮਾਨ ਨਾ ਹੈ ਕੋਹਾਟ ਨਾਲ ਮੇਰਾ ਤਾਲੁਕ ਹੈ ਮੇਰਾ ਸਭ ਤੋਂ ਪਹਿਲਾਂ ਤਾਂ ਮੈਂ ਇਨਕੋ ਕੰਧਾਰਾ ਬੋਰਡ ਹਾਂ ਇਸ ਇਤਨੇ ਵੱਡੇ ਆਲਮੀ ਕਾਨਫਰੰਸ ਇਨਕੋ ਨੇ ਹਵਾਲੇ ਨਾਲ ਮੁਨਕਿਦ ਕਰਨੇ ਅਤੇ ਸਾਰਿਆਂ ਕੋ ਮੁਬਾਰਕਬਾਦ ਪੇਸ਼ ਕਰਨੇ ਅਤੇ ਖਰਾਜ ਤਹਿਸੀਨ ਨੇ ਬਾਅਦ ਮੇਰਾ ਬੁਨਿਆਦੀ ਸਵਾਲ ਇਹ ਜੀ ਇਨਕੋ ਨਾ ਕੋਈ ਕਾਇਦਾ ਬਾਕਾਇਦਾ ਤੌਰ 'ਤੇ ਕਾਇਦੇ ਵਾਸਤੇ ਕੰਮ ਕੀਤਾ ਹੋਈ ਹੈ ਕਿਉਂ ਜੀ ਆਈ ਤੇ ਵੀ ਇਸ ਕਾਨਫਰੰਸ ਵਿੱਚ ਵੀ ਬਹੁਤ ਸਾਰੇ ਜੇ ਲੋਕ ਹਨ ਜਿਹੜੇ ਉਰਦੂਆਂ ਹਿੰਕੋ ਟੀ ਵੀ ਨੇ ਚੈੱਕ ਮਾਰੋ ਜਾਂ ਆਪਣੀ ਸ਼ੋਹਰਤ ਮਾਰੋ ਜਾਂ ਇੱਥੇ ਸਟੇਜ ਦੇ ਖੜਨੇ ਮਾਰੋ ਉਰਦੂਆਂ ਹਿੰਨ ਕੁਝ ਕਰਨੇ ਨੇ ਇਹ ਹਿੰਕੋ ਨਹੀਂ ਕੋਈ ਖਿਦਮਤ ਨਹੀਂ ਬਲਕਿ ਹਿੰਕੋ ਨਾਲ ਨਾ ਇਨਸਾਫੀ ਹੈ ਕੋਸ਼ਿਸ਼ ਇਹ ਕੀਤੀ ਹੋਈ ਹੈ ਜੇ ਜਿਹੜੇ ਸ਼ਹਿਰਾਂ 'ਚ ਹਿੰਕੋ ਬੋਲੀ ਹੋਈ ਨਹੀਂ ਹੈ ਮਸਲਨ ਕੁਹਾਟ ਡੇ ਖਾਨ ਹਜ਼ਾਰਾ ਅਗਰ ਤੁਹਾਡੇ ਹਰ ਬਜ਼ੁਰਗ ਜਿਹੜੇ ਲੋਕ ਹਿੰਕੋ ਦੀ ਕੰਮ ਕਰਨੇ ਉਹ ਕਿਸੇ ਕਾਇਦੇ ਨਹੀਂ ਬੁਨਿਆਦ 'ਚ ਰੱਖ ਸਨ ਤਾਂ ਆਉਣ ਵਾਲੇ ਵਕਤ ਦੇ ਲੋਕਾਂ ਕੋ ਉਰਦੂ ਕੋ ਹਿੰਕੋ ਨਾ ਕਰਨਾ ਪਓ ਸੀ ਅਤੇ ਉਹ ਹਿੰਕੋ ਨਹੀਂ ਹਿੰਕੋ ਨਾਲ ਮੁਹੱਬਤ ਦੀ ਬੁਨਿਆਦ 'ਤੇ ਹਿੰਕੋ ਜ਼ਬਾਨ ਦੇ ਕੰਮ ਕਰ ਸਨ ਬਿਲਕੁਲ ਅਤੇ ਦੋਈ ਰਿਕੁਐਸਟ ਇਹ ਜੇ ਬਹੁਤ ਸਾਰੇ ਸ਼ਹਿਰਾਂ 'ਚ ਇਹ ਕਿਲੇ ਨਹੀਂ ਬੁਨਿਆਦ 'ਤੇ ਨਹੀਂ ਹੈ ਮਾਲੂਮਾਤ ਨਹੀਂ ਬੁਨਿਆਦ 'ਤੇ ਹੋਏ ਕੁਝ ਜੇ ਲੋਕਾਂ ਨੇ ਕੋਲ ਜ਼ਿੰਮੇਵਾਰੀਆਂ ਆਈਆਂ ਜੇ ਬਹੁਤ ਸਾਰੇ ਸ਼ਹਿਰਾਂ 'ਚ ਬਹੁਤ ਜ਼ਿੰਮੇਦਾਰ ਅਤੇ ਸੀਨੀਅਰ ਲੋਕ ਮਹਿਰੂਮ ਰਹਿਣ ਉਮੀਦ ਹੈ ਜੇ ਆਇੰਦਾ ਇਸ ਕਿਸਮ ਦੀ ਗਲਤੀ ਨਾ ਇਤਿਆਦ ਕੀਤੀ ਹੋਈ ਸੀ ਸ਼ੁਕਰੀਆ ਬਿਲਕੁਲ ਬਿਲਕੁਲ ਜਨਾਬ ਥੈਂਕ ਯੂ ਜੀ ਮਿਹਰਬਾਨੀ ਸ਼ਾਇਦ ਜ਼ਮਾਨ ਸਾਹਿਬ ਮਾਸ਼ਾਅੱਲਾ ਬੜੇ ਖੂਬਸੂਰਤ ਲਹਿਜੇ ਦੇ ਸ਼ਾਇਰ ਹਨ ਔਰ ਬੈਨ ਅਕਵਾਮੀ ਸ਼ੋਹਰਤ ਦੇ ਹਾਮਿਲ ਔਰ ਬਹੁਤ ਜਗ੍ਹਾ ਆਲਮੀ ਸਤ੍ਹਾ 'ਤੇ ਜਾ ਕੇ ਮੁਸ਼ਾਇਰੇ ਪੜ੍ਹਦੇ ਹਨ ਉਹਨਾਂ ਦੀ ਆਬਜ਼ਰਵੇਸ਼ਨ ਬਿਲਕੁਲ ਦਰੁਸਤ ਹਨ ਕਾਇਦੇ ਦਾ ਜਿੱਥੇ ਸਵਾਲ ਹੈ ਬਿਲਕੁਲ ਔਰ ਉਸ ਕਾਇਦੇ ਦੀ ਵਜ੍ਹਾ ਨਾਲ ਹੀ ਬਹੁਤ ਸਾਰੇ ਲੋਕ ਸਾਡੇ ਕੋਲ ਇੱਥੇ ਨਹੀਂ ਆਏ ਉਹ ਕੋਈ ਕਹਿੰਦਾ ਸਾਡਾ ਕਾਇਦਾ ਚਲਾਓ ਕੋਈ ਕਹਿੰਦਾ ਸਾਡਾ ਕਾਇਦਾ ਚਲਾਓ ਸਾਨੂੰ ਕੀ ਹੈ ਕਿ ਸਾਨੂੰ ਤੁਸੀਂ ਫਿਲਹਾਲ ਕੋਈ ਬੰਦੇ ਡਿਕਟੇਸ਼ਨਾਂ ਨਾ ਦਿਓ ਮੈਨੂੰ ਜਾਂ ਜਿਸ ਬੰਦੇ ਨੂੰ ਉਸਦੀ ਮਾਂ ਨੇ ਜਿਸ ਤਰ੍ਹਾਂ ਵੀ ਇਨਕੋ ਸਿਖਾਈ ਹੈ ਉਸੇ ਤਰ੍ਹਾਂ ਬੋਲ ਸੀ ਅਤੇ ਉਸੇ ਤਰ੍ਹਾਂ ਲਿਖ ਸੀ ਇਹ ਤਾਂ ਚੀਜ਼ ਹੋ ਗਈ ਇੱਕ ਜਜ਼ਬਾਤੀ ਜਵਾਬ ਉਹਦਾ ਹੋ ਗਿਆ ਲੇਕਿਨ ਜਿੱਥੋਂ ਤੱਕ ਇਲਮੀ ਜਵਾਬ ਹੈ ਉਹਦਾ ਇਲਮੀ ਜਵਾਬ ਬਿਲਕੁਲ ਦਰੁਸਤ ਹੈ ਇਨਸ਼ਾਅੱਲਾ ਇਨਕੋ ਅਕੈਡਮੀ ਅਸੀਂ ਕਾਇਮ ਕਰ ਰਹੇ ਹਾਂ ਹਰ ਇਨਕੋ ਬੋਲਣ ਵਾਲੇ ਏਰੀਆ ਦੇ ਬੰਦਿਆਂ ਨੂੰ ਬਤੌਰ ਮੈਂਬਰ ਅਸੀਂ ਉਸ ਅਕੈਡਮੀ 'ਚ ਬਣਾ ਸੀ ਔਰ ਉਹ ਮਿਲ ਕੇ ਬੈਠ ਕੇ ਇੱਕ ਕੰਸੈਂਸਸ ਦੇ ਨਾਲ ਇੱਕ ਤੈਅ ਕਰ ਸਨ ਕਿ ਕਾਇਦਾ ਕਿ ਉਹਦਾ ਫਿਰ ਜਿਹੜੇ ਜਿਹੜੇ ਰਸਮੁਲ ਖਤ ਹਨ ਉਹਦੇ ਲਹਿਜੇ ਹੋਣ ਕਿਉਂਕਿ ਹਰ ਦੁਬਾਨ ਦਾ ਇਹ ਹਿਸਾਬ ਹੈ ਕਿ 40 ਮੀਲ ਦੇ ਉੱਤੇ ਜਾਂ 40 ਕਿਲੋਮੀਟਰ 'ਤੇ ਉਹਦਾ ਲਹਿਜਾ ਚੇਂਜ ਹੋ ਜਾਂਦਾ ਹੈ ਈਵਨ ਜਿਹੜੇ ਤੁਸੀਂ ਅਮੈਰੀਕਨ ਇੰਗਲਿਸ਼ ਦੇਖੋ ਆਸਟ੍ਰੇਲੀਅਨ ਇੰਗਲਿਸ਼ ਦੇਖੋ ਬਰਤਾਨਵੀ ਇੰਗਲਿਸ਼ ਦੇਖੋ ਆਇਰਿਸ਼ ਇੰਗਲਿਸ਼ ਦੇਖੋ ਤੁਸੀਂ ਉੱਥੇ ਦੇਖੋ ਕਿ ਉੱਥੇ ਕੀ ਹੋ ਰਿਹਾ
अमरीका की इंग्लिश जी फिर अंग्रेज कह रहे सू समझ ही नहीं आती कि कह रहे हैं उन्होंने भी अपने कायदे जड़े तो अलग बढ़ा दते हैं तो वो थोड़ी गल दुरुस्त है कि असी जरूर इस उत्ते कायम रहिए और इस असी इंशाला जूई और अच्छ सू एक इशारा मिल गया है हिनको अकेडमी के कयाम का पहले असी टोटली डिपेंड करने हकूमतों कहने हकूमत सी गल हूँ निकल गई है सानू इस कॉन्फ्रेंस के हवाले ऐसा रिस्पांस मिला है साढ़े पिशावर के नाजम सिटी फादर ने सानू किया कि जी पिशावर जिथे किधर तुसी जगह शहर दे प्राइम लैंड तुसी इशारा करो असी तुहानू देने आ जो ही सानू लैंड मिल गई असी अपने वसायल दे नाल उस ते इनको अकेडमी जिहड़ी है खड़ी कर सी इंशाअल्लाह और अजकल का जमाना है कमर्शियल वेंचर साने तले पूरे मार्केट बढ़ा देनी है तो उत्ते साड़ी जी अकेडमी जी तो चल रही थी सानू किसी को पैसे लेने की भी जरूरत नहीं बिस्मिल्लाहिर्रहमानिर्रहीम मेरा नाम काजी इनायत है जी। और मैं सदर हूँ अंजुमन तरक्की खवार हल्का पेशावर का जनाब वेलकम जी थैंक यू जी मैं बिन बुलाया आया हूँ जी बिन बुलाया मैं इस प्रोग्राम में आया हूँ तो नहीं, कम नहीं, तो मैं आप लोगों को कर रहा हूँ ये हमने वहाँ से लेके और बोर्ड लगाए हैं अखबारों में दिया है ये इल्मी अदबी कॉन्फ्रेंस है मैं आपको अपनी बात बताता हूँ एक मिनट अगर आप ना वो ना हो तो बुज़ुर्ग होने कोई इल्मियत भी कॉन्फ्रेंस होती है मैं बग़ैर दावत के जाता हूँ खाने के वक्त उनको कहता हूँ खाना नहीं खाता हूँ क्योंकि खाने के लिए दावत होती है ना बातें सुनने के लिए तो कोई दावत नहीं होती ना पैसे लगते हैं उस पर इसलिए आपका आना हमारे सर आंखों पर थैंक यू सर वेलकम यू जी थैंक यू मेरे बेसिकली कहने का एक मकसद था ये बात जी जी सर सबसे पहले मैं आप तमाम हजरात का जिन्होंने इस प्रोग्राम को ऑर्गेनाइज़ किया डॉक्टर ज़हूर साहब का इम्तियाज़ साहब का डॉक्टर अदनान गुल साहब का और तमाम रफ़का का बेहद अप्रिशिएट करना चाहता हूँ कि इतनी ज़बरदस्त कॉन्फ्रेंस जो इंटरनेशनल लेवल का है आप लोगों ने इसको मुनक़िद किया और बड़ा सक्सेसफुल किया दूसरी बात यह है सर कि मैं थोड़ी सी ये बात करना चाहूँगा कि हिनको जो स्पीकर्स हैं उनको थोड़ी सी एक चीज़ की तरफ सोचनी चाहिए थोड़ा सा अपना वो चेंज करना चाहिए मैंने 20 साल गुजारे डकी नालबंदी जहांगीरपुरा और अंदर शहर में यहाँ पे जो बंदा रहता है वो इनको बोलता है वही बंदा जब डिफेंस कॉलोनी जाता है हैदराबाद जाता है या किसी और पूछ इलाके में जाता है वो उर्दू बोलना शुरू कर देता है तो इस चीज़ को चेंज करना चाहिए लोगों को अपनी ज़बान पे फ़ख्र होनी चाहिए इतनी मीठी ज़बान है इतनी प्यारी ज़बान है कि इस जैसा मैंने कभी नहीं देखा मैं 4-5 ज़बानें बोलता हूँ थैंक यू जी आपका कमेंट थैंक यू जी बहुत मोहब्बत जी बस बहुत शुक्रिया अब ये है ये जो मैंने इसका जवाब दिया है कि हम अवेयरनेस क्रिएट कर रहे हैं उस अवेयरनेस जब वो क्रिएट हो जाएगी तो लाजमन जिस नुक्ते की तरफ आप इशारा कर रहे हैं ये अब लोगों को एहसास हो गया है ये जो गंदारा इनको बोर्ड बना है और ये जो कॉन्फ्रेंसें हो रही हैं ये उसी एहसास के अंदर से ये इस चीज़ों ने जन्म लिया है कि ये जो ज़ुबान हमारे हाथ से निकलती जा रही है हमने वॉक ओवर दे दिया अपने आप पर लोगों को वॉक ओवर दे दिया कि चलो जी बस ठीक है चलता है कम हमने अपने घरों के अंदर ज़बान बोलनी छोड़ दी है नतीजा ये हुआ कि वो अब एक जिस तरह यहाँ पे कॉन्फ्रेंस में बात हुई कि वो जब ज़बान बतौर फैशन के बदलनी शुरू हो जाती है अब कोई उर्दू बोलता है कोई अंग्रेज़ी बोलता है अब उससे भी आगे अंग्रेज़ी वाला मसला पैदा हो जाता है अब वो कुछ और लोग हैं जो उर्दू के साथ उसको भिड़ाते हैं उर्दू के साथ तो उसका कोई वो नहीं है उसकी कोई जगह उर्दू ने नहीं ली हुई है जिस तरह हम अंग्रेज़ी बोलते हैं इस तरह अगर बाहर हम उर्दू भी बोले दफ्तरों में बोले लिखने पढ़ने में भी काम आती है लेकिन घर के अंदर तो हर जगह एक ज़बान होती है और होनी चाहिए और रहेगी इसलिए हमने कुरान पाक का जो तर्जुमा कराया है हमारे मेहरबान बैठे हुए हैं इनका बहुत बहुत बड़ा कारनामा है और फिर उसके बाद हमने एक यहाँ पर वो कॉन्फ्रेंस की थी गवर्नर साहब भी उसमें आए थे तो वहाँ पे ये ऐलान हुआ था कि जिस ज़ुबान में कुरान का तर्जुमा हो जाता है वो ज़ुबान जो है वो अमर हो जाती है अब उसके बाद हमारा मसला ख़त्म हो गया अब जो कुरान वाला है वही उस ज़ुबान को बचाएगा डॉक्टर साहब ये एक सवाल आया लिखा हुआ जिसका जवाब ये हमारे डॉक्टर लाइबाग शख्तर अवान साहब से टेक्निकल जवाब ये सवाल है कि ये लोग कहते हैं कि इनको बोली है जुबान नहीं गई
इस सवाल का जवाब तो मुख्तसर है कि बोली होवे जड़ी किसी एक छोटे इलाके या एक छोटे ग्रोह की जबान होवे तो उस सी बार ओ ना समझी जाए ना बोली जाए। हिंकू जड़ी है वो इतों से लेके वादिए नीलम ते वालिए जेरम ते वादिए कागान तक और पूरे सूबा सरहद तक फैली हुई है और पोठोहार वगैरह ये सारे इस शामिल हैं। तो जड़ी जबान इस कदर वसी हो मैं सारे इलाकों के नाम नहीं ले सका इस वक्त इस तो भी ज़्यादा वसी तर जबान है तो इसनों बोली कहना मेरा ख्याल बुनियादी बोली की तारीफ सी नाशनाई की एक अलामत हो सकती है। यकीनन आज जेड़ा मेरा मकाला आया उस तो मैं ये पूरी तरह इतने नहीं पढ़ सका इंशाल्लाह छप जैसी तो मकसद यही है कि इस जबान दे आसार जेड़े इस वक्त तक दस्तियाब हो चुके हैं वो तकरीबन 2800 साल पुराने हैं और बावजूद इससे कि इस इनको दे इलाके दी आसार कदीमा दे एतबार नाल कोई तवज्जो नहीं दी गई। ये जड़ी दरियाफ्त हुई है ये पहली सतह की दरियाफ्त है यानी केव्स और जड़ी अपनी पहली सतह दे जो कुछ मौजूद है आसार कदीमा दे असली परत जड़ी है वो इससे तले पोशीदा है छुपी हुई है और जिस वक्त वो सामने आसी तो सानू पता लग सी कि ये जबान जड़ी है कितनी वसी है कितनी पुरानी है। मेरा ख्याल है मैं इसका जवाब दे चुका है।